ਹੁਣ ਲਓ ਜੀ ਅਸੀਂ ਹੁਣ ਉਸ ਪਿੰਡ ਨੂੰ ਜਾ ਰਹੇ ਹਾਂ ਉਹ ਕਰਨੈਲ ਸਿੰਘ ਪਿੰਡ ਹੈ ਤਕਰੀਬਨ 1.5 ਤੋਂ 2 ਘੰਟੇ ਦਾ ਰਸਤਾ ਵਾ ਅਤੇ ਆਪਾਂ ਮਿੰਟ ਜੇ ਪਹੁੰਚਣਾ ਵਾ ਆਇਓ ਤੁਹਾਨੂੰ ਲੈ ਕੇ ਚੱਲੀਏ ਫਿਰ ਲਓ ਜੀ ਆਪਾਂ ਆਪਣੀ ਮੰਜ਼ਿਲ 'ਤੇ ਪਹੁੰਚ ਆਏ ਹਾਂ ਖੈਰੋ ਖੁਰੀ ਦੇ ਨਾਲ ਤੁਹਾਡੀ ਦਵਾਵਾਂ ਨਾਲ ਅਸੀਂ ਇੱਥੇ ਪਹੁੰਚ ਆਏ ਹਾਂ ਇਹ ਪਿੰਡ ਹੈਗਾ ਜੀ 413 ਇਹ ਕਰਨਲ ਸਿੰਘ ਦੇ ਨਾਮ ਤੋਂ ਪਿੰਡ ਸੀਗਾ ਠੀਕ ਆ ਇਸ ਟਾਈਮ ਇਹ ਹੁਣ ਕਰਨੈਲ ਪਿੰਡ ਦੇ ਨਾਮ ਤੋਂ ਵੱਜਦਾ ਅਤੇ ਇਹ ਹਵੇਲੀ ਆ ਜੀ ਕਰਨਲ ਸਿੰਘ ਦੀ ਅਸੀਂ ਦੇਖ ਸਕਦੇ ਮੇਰੇ ਪਿੱਛੇ ਬਹੁਤ ਵਧੀਆ ਹਵੇਲੀ ਸੀ ਕਰਨਲ ਸਿੰਘ ਦੀ ਲਓ ਜੀ ਇਹ ਕਰਨਲ ਸਿੰਘ ਦਾ ਕਮਰਾ ਵਾ ਇੱਥੇ ਕਿਸੇ ਦੌਰ 'ਚ ਬੜੇ ਛਾਂ ਸ਼ੌਕ ਤਾਂ ਇੱਥੇ ਬਹਿ ਕੇ ਅੱਗ ਸਿੱਖਦੇ ਹੋਣੇ ਆ ਇਹ ਚੀਮਣੀ ਬਣੀ ਅੱਗ ਵਾਲੀ ਠੀਕ ਆ ਜੀ ਇੱਥੇ ਆਪਣਾ ਸਮਾਨ ਰੱਖਦੇ ਹੋਣੇ ਆ ਸਾਰਾ ਸਮਾਨ ਇਹ ਉਹੀ ਕਿੱਲੀਆਂ ਜੀ ਤੁਹਾਨੂੰ ਪਹਿਲੇ ਦਫਾ ਚੁੱਕੇ ਹਾਂ ਅਸੀਂ ਕਿੱਲੀਆਂ ਲੱਗੀਆਂ ਉਹੀ ਕੱਪੜੇ ਟੰਗਣ ਵਾਲੀ ਦੇਖ ਲਓ ਸਾਡੇ ਉਹ ਕੁੰਡੀਆਂ ਛੁੰਡੀਆਂ ਇਹ ਉਸ ਦੌਰ ਦੀਆਂ ਹੀ ਆ ਆ ਦਰਵਾਜ਼ਾ ਦੇਖ ਲਓ ਕਿੰਨਾ ਮਜ਼ਬੂਤ ਆ ਹੁਣ ਇਸ ਟਾਈਮ 'ਤੇ ਸਾਰਾ ਹਿਲਾਰੇ ਖਾਣ ਦਿਆ ਕਿਉਂਕਿ ਇੱਕ ਮੁੱਦਤ ਹੋ ਗਈ ਇਸ ਦਰਵਾਜ਼ੇ ਨੂੰ ਹੈਗਾ ਜੀ ਇਹ ਚਿਰਾਗ ਰੱਖਣ ਵਾਸਤੇ ਥੋੜ੍ਹੀ ਜਿਹੀ ਗਿੱਠੀ ਹੁੰਦੀ ਆ ਇੱਥੇ ਚਿਰਾਗ ਰੱਖ ਕੇ ਲਓ ਜੀ ਇਹ ਹਵੇਲੀ ਆ ਇੱਥੇ ਕਿਸੇ ਦੌਰ 'ਚ ਕਰਮ ਸਿੰਘ ਬੜੀ ਛਾਂ ਛੁੱਕ ਨਾਲ ਰਹਿੰਦਾ ਹੋਣਾ ਵਾ ਅਤੇ ਇਸ ਟਾਈਮ ਇਸ ਹਵੇਲੀ ਦੇ ਵਿੱਚ ਸੂਈਆਂ ਪਈਆਂ ਵਾ ਠੀਕ ਆ ਵੀਰਾਨ ਹੋਈ ਹਵੇਲੀ ਅਸੀਂ ਦੇਖ ਸਕਦੇ ਹੋ ਦੁਬਾਰਾ ਤੇਰਾਂ ਦੋੜਾਂ ਆਈਆਂ ਵਾ ਠੀਕ ਆ ਛੱਤਾਂ ਦੇਖ ਲਓ ਛੱਤਾਂ ਵੀ ਬਸ ਐਂਡ ਹੋਇਆ ਛੱਤਾਂ ਦਾ ਇਹ ਉੱਪਰ ਜਾਣ ਵਾਸਤੇ ਸੀੜੀਆਂ ਬਣੀਆਂ ਵਾ ਪਰ ਉਹ ਮਨਾ ਕਰਦੇ ਪਏ ਆ ਵੀ ਉੱਪਰ ਨਹੀਂ ਜਾਣਾ ਹੈਗਾ ਠੀਕ ਆ ਸੀੜੀਆਂ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਹਾਲਤ ਉਹ ਨਹੀਂ ਇਜਾਜ਼ਤ ਦਿੰਦੇ ਹੈਗੇ ਕਹਿੰਦੇ ਸੀ ਉੱਪਰ ਨਹੀਂ ਜਾਣਾ ਹੈਗਾ ਠੀਕ ਆ ਕਿ 60 ਫੀਟ ਲੱਗ ਜਾਏਗੀ ਤੁਹਾਨੂੰ ਇਹ ਤੁਸੀਂ ਦੇਖ ਸਕਦੇ ਹੋ ਇਸ ਕਰਕੇ ਸਾਨੂੰ ਉੱਪਰ ਨਹੀਂ ਜਾਣ ਦਿੰਦੇ ਹੈਗੇ ਤੁਸੀਂ ਇਹ ਦੇਖ ਸਕਦੇ ਹੋ ਜੀ ਇਹ ਪਤਾ ਨਹੀਂ ਕਿਹੜੇ ਸਥਾਨ 'ਤੇ ਇਹ ਬਣੇ ਸੀਗੇ ਇਹ ਹਜੇ ਵੀ ਹਵੇਲੀ ਮੌਜੂਦ ਆ ਤੁਸੀਂ ਦੇਖ ਸਕਦੇ ਹੋ ਕਿੱਦਾਂ ਮੀਨਾਕਾਰੀ ਨਾਲ ਬਣਾਏ ਹੋਏ ਆ ਮਿਹਰਾਬ ਅਤੇ ਜਿੰਨਾ ਕੋਈ ਹੈਗੀ ਆ ਇਸ ਟਾਈਮ ਉੱਥੇ ਤਾਂ ਡੰਗਰ ਡੁੰਗਰ ਬੰਨ੍ਹਦੇ ਪਏ ਆ ਹਾਂ ਉੱਪਰ ਵੀ ਲੈ ਕੇ ਜਾਣਾ ਵਾ ਸਭ ਤੋਂ ਪਹਿਲਾਂ ਮੈਂ ਕਿਹਾ ਇਹਨਾਂ ਨੂੰ ਕੰਧ ਦਿਖਾ ਦੀ ਆ ਦੇਖ ਲਓ ਦੀਵਾਰ ਕਿੱਡੀ ਮੋਟੀ ਆ ਪਤਾ ਨਹੀਂ ਕਿੰਨੇ ਇੰਚ ਦੀ 18 ਇੰਚ ਕਿ ਪਤਾ ਨਹੀਂ ਕਿੰਨੇ ਦੀ ਆ ਅਸੀਂ ਦੇਖ ਸਕਦੇ ਹੋ ਕਿੱਦਾਂ ਇੱਟਾਂ ਜੜੀਆਂ ਵਿੱਚ ਅਤੇ ਕੱਚੀ ਜਿਹੇ ਗਾਰੇ ਦੇ ਬਣੀ ਆ ਐਵੇਂ ਚੱਲਦੇ ਹਾਂ ਉੱਤੇ ਆ ਜਾਓ ਅਸੀਂ ਦੇਖ ਸਕਦੇ ਹੋ ਬੜੀ ਵਧੀਆ ਬਣੀਆਂ ਪੌੜੀਆਂ ਪਤਾ ਵੀ ਉਸ ਦੌਰ ਦੇ ਬਣੇ ਆ ਅਸੀਂ ਦੇਖ ਸਕਦੇ ਹੋ ਕਿੱਡੀ ਮੀਨਾਕਾਰ ਨਾਲ ਬਣਾਏ ਗਏ ਆ ਜੂਮ ਕਰਕੇ ਉਖਾ ਦੇਣਾ ਪਈ